ਕੋਈ ਵੀ ਮੌਕਾ ਨਹੀਂ ਛੱਡਦੇ ਆ ਚੋਰ। ਦੇਖੋ ਕਿਵੇਂ ਸ਼ੀਸ਼ਾ ਵਾਲੇ ਦਰਵਾਜ਼ੇ ਦਾ ਲੌਕ ਤੋੜ ਕੇ ਦੁਕਾਨ ਦੇ ਵਿੱਚ ਦਾਖਲ ਹੋਏ। ਫਿਰ ਇਹਨਾਂ ਨੇ ਗੱਲੇ ਨੂੰ ਹੱਥ ਪਾਇਆ, ਫਿਰ ਦੁਕਾਨ ਦੇ ਵਿੱਚ ਪਏ ਮਹਿੰਗੇ ਮੋਬਾਈਲ ਚੁੱਕ ਲਏ ਔਰ ਬੜੇ ਹੀ ਸ਼ਾਤਰ ਢੰਗ ਦੇ ਨਾਲ ਇੱਥੋਂ ਫਰਾਰ ਹੋਏ ਨੇ। ਤਸਵੀਰਾਂ ਦੇ ਵਿੱਚ ਇਹਨਾਂ ਚੋਰਾਂ ਦੀ ਚੋਰੀ ਕੈਦ ਹੋਈ ਹੈ। ਇੱਕ ਨਹੀਂ, ਦੋ ਨਹੀਂ, ਸਗੋਂ ਕਈ ਦੁਕਾਨਾਂ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ। ਭਗਤਾ ਭਾਈਕਾ, ਪੁੱਚੋ ਮੰਡੀ ਅਤੇ ਰਾਮਪੁਰਾ ਫੂਲ ਦੇ ਵਿੱਚ ਇਹਨਾਂ ਚੋਰਾਂ ਦਾ ਕਹਿਰ ਸਾਫ਼ ਤੌਰ ਤੇ ਨਜ਼ਰ ਆਇਆ। ਤਿੰਨ ਦੁਕਾਨਾਂ ਤੇ ਇਹਨਾਂ ਨੇ ਚੋਰੀ ਕੀਤੀ। ਸੀਸੀਟੀਵੀ ਕੈਮਰੇ ਦੇ ਵਿੱਚ ਇਹਨਾਂ ਦੀ ਕਰਤੂਤ ਕੈਦ ਹੋਈ ਹੈ ਔਰ ਸਥਾਨਕ ਸ਼ਹਿਰ ਅਤੇ ਬੈਂਕ ਬਾਜ਼ਾਰ ਸਥਿਤ ਮੋਬਾਈਲਾਂ ਦੀ ਦੁਕਾਨ ਤੇ ਫੂਲ ਬਾਈਪਾਸ ਸਥਿਤ ਯੂ ਲਾਈਕ ਮੋਬਾਈਲ ਕੇਅਰ ਦੀ ਦੁਕਾਨ ਤੇ ਦਿਨ ਦਿਹਾੜੇ ਇਹਨਾਂ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਇੱਕ ਚੋਰ ਬਾਹਰ ਖੜਾ ਰਿਹਾ ਔਰ ਦੂਜਾ ਚੋਰ ਅੰਦਰ ਦਾਖਲ ਹੋਇਆ, ਜਿਸਨੇ ਗੱਲੇ ਦੇ ਵਿੱਚ ਪਏ ਪੈਸੇ ਜੋ ਕਿ ਬਟੂਏ ਦੇ ਵਿੱਚ ਪਾਏ ਹੋਏ ਸੀ ਉਹ ਚੋਰੀ ਕੀਤੇ। ਫਿਰ ਸੀਸੀਟੀਵੀ ਕੈਮਰੇ ਦਾ ਮੂੰਹ ਘੁਮਾ ਦਿੱਤਾ ਔਰ ਫਿਰ ਉੱਥੇ ਜੋ ਮੋਬਾਈਲ ਪਏ ਸੀ ਉਹ ਵੀ ਚੁੱਕ ਕੇ ਫਰਾਰ ਹੋਏ ਨੇ। ਔਰ ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ਦੇ ਵਿੱਚ ਰੋਸ ਦੀ ਲਹਿਰ ਹੈ। ਕਿਸ ਤਰੀਕੇ ਦੇ ਨਾਲ ਚਿੱਟੇ ਦਿਨ ਇਹਨਾਂ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। 3:30 ਵਜੇ ਦੇ ਆਸ ਪਾਸ ਚੋਰਾਂ ਨੇ ਜਿਵੇਂ ਲੌਕ ਉਵੇਂ ਭੰਨਿਆ ਹੋਇਆ ਜਿਵੇਂ ਪੇਚਕਸ ਨਾਲ, ਤੇ ਅੰਦਰ ਮੇਰੇ ਐਂਡਰਾਇਡ ਫੋਨ ਵਗੈਰਾ ਲੱਗੇ ਹੋਏ ਹੁੰਦੇ, ਮੇਰਾ ਕੈਸ਼ ਵੀ ਪਿਆ ਹੁੰਦਾ। ਮੈਂ ਅੱਜ ਆਊਟ ਆਫ ਸਟੇਸ਼ਨ ਗਿਆ ਹੋਇਆ ਸੀਗਾ, ਮੈਂ ਵਾਪਸ ਆ ਹੀ ਰਿਹਾ ਸੀ, 5-10 ਮਿੰਟ ਸ਼ੋਪ ਤੇ ਪਹੁੰਚਣ ਵਾਲਾ ਸੀ। ਇਹਨੇ ਮੈਨੂੰ ਫੋਨ ਪਹੁੰਚਿਆ ਮੇਰੇ ਨਾਲ ਦੇ ਗੁਆਂਢੀ ਦਾ ਸ਼ੋਪ ਵਾਲੇ ਦਾ। ਜਦੋਂ ਉਹਨਾਂ ਨੇ ਪੁੱਛਿਆ, ਕਹਿੰਦੇ ਤੇਰੀ ਦੁਕਾਨ ਤੇ ਦੁਬਾਰਾ ਤੇਰਾ ਲੌਕ ਭੰਨਿਆ ਪਿਆ। ਜਦੋਂ ਮੈਂ ਅੰਦਰ ਐਂਟਰ ਕੀਤਾ ਤਾਂ ਵਾਕਈ ਉਹ ਚੋਂ ਗੱਲੇ ਚੋਂ ਮੇਰਾ ਬਟੂਆ ਖਾਲੀ ਕਰਕੇ ਕੈਸ਼ ਕੱਢ ਕੇ ਸਿੱਟਿਆ ਪਿਆ ਸੀ, ਤੇ ਮੋਬਾਈਲ ਜਿਹੜੇ ਘੱਟੋ ਘੱਟ 5-4 ਮੇਰੀ ਨਿਗਾਹ 'ਚ ਹੈ। ਹਜੇ ਮੈਂ ਉਦੋਂ ਦਾ ਭੱਜਿਆ ਫਿਰਦਾ, ਮੇਰੀ ਐਸਟੀਮੇਟ ਨਿਗਾਹ 'ਚ 5-7 ਮੋਬਾਈਲ ਹੈ ਮੇਰੇ, ਤੇ 10-15 ਪੀਸ ਏਅਰਪੋਰਟ ਦੇ ਆਉਣਗੇ। ਕੁਦਰਤੀ ਇੱਕ ਬੰਦਾ ਵੀ ਮੇਰੇ ਜਿਨ੍ਹਾਂ ਨੇ ਉਹਨਾਂ ਨੂੰ ਦੇਖਿਆ ਦੁਕਾਨ 'ਚੋਂ ਬਾਹਰ ਨਿਕਲਦੇ, ਉਹ ਡਰ ਕੇ ਉਦੋਂ ਭੱਜ ਗਏ। ਉਹਨੂੰ ਐਸਟੀਮੇਟ ਨਹੀਂ ਸੀਗਾ ਵੀ ਉਹ ਚੋਰ ਹੈ, ਉਹਨਾਂ ਨੂੰ ਐਸ ਕਿਤੇ ਕਸਟਮਰ ਹੈ। ਜਦੋਂ ਮਗਰ ਘੱਟੋ ਘੱਟ ਨੰਬਰਦਾਰ ਵਾਲੇ ਪੁਲ ਤੱਕ ਗਿਆ ਸੀ, ਨੰਬਰਦਾਰ ਵਾਲੇ ਪੁਲ ਤੇ ਉੱਥੇ ਇੱਕ ਕੈਮਰਾ ਲੱਗਿਆ ਹੋਇਆ ਸਪੇਅਰ ਪਾਰਟ ਵਾਲੀ ਦੁਕਾਨ ਤੇ, ਉਹ ਕੈਮਰੇ 'ਚ ਸੀ, ਦੇਖ ਕੇ ਸਿਰਫ ਥਾਣੇ ਪਹੁੰਚੇ ਸੀ। ਉਹਨਾਂ ਨੇ ਨਾ ਵੀਰ ਜੀ ਨਾਲ ਗੱਲ ਹੋ ਗਈ, ਇਹ ਕਹਿੰਦੇ ਦੁਕਾਨ ਤੇ ਚੋਰੀ ਸਾਡੀ ਹੋਈ ਆ। ਮੈਂ ਬੰਦਾ ਦਿਖਾਓ, ਸਾਨੂੰ ਉਹ ਬੰਦਾ ਪਤਾ ਲੱਗਿਆ ਸੀ ਇੱਕ ਪੱਗ ਵਾਲਾ, ਇੱਕ ਮੋਨਾ। ਉਹ ਜਦੋਂ ਅਸੀਂ ਇਨਵੈਸਟੀਗੇਸ਼ਨ ਆਪਦੇ ਢੰਗ ਨਾਲ ਕੀਤੀ ਤਾਂ ਉਹ ਬੰਦੇ ਸੇਮ ਹੈ, ਮੰਨ ਕੇ ਚੱਲੋ ਮੇਰਾ 70-80 ਲੱਖ ਰੁਪਏ ਦੇ ਵਿੱਚ ਨੁਕਸਾਨ ਹੋ ਚੁੱਕਿਆ। ਮੈਂ ਦੁਪਹਿਰੇ ਖਾਣਾ ਖਾਣ ਜਾਂਦਾ ਹੁੰਦਾ ਜੀ ਸ਼ੀਸ਼ਾ ਲੋਕ ਕਰਕੇ, ਤੇ ਮੈਂ ਖਾਣਾ ਖਾ ਕੇ ਜਦੋਂ ਆਇਆ ਗੇਟ ਖੁੱਲ੍ਹਾ ਸੀਗਾ ਮੇਰਾ, ਮੇਰੇ ਕੋਲ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਜੀ, ਇਹ ਤਾਂ ਮੈਂ ਰਿਕਾਰਡਿੰਗ ਦੇਖੀ ਹੈ। ਠੀਕ ਹੈ ਜੀ, ਦੋ ਮੁੰਡੇ ਆਏ ਨੇ, ਉਹਨਾਂ ਨੇ ਸ਼ੀਸ਼ਾ ਲੋਕ ਜਿਹੜਾ ਤੋੜਿਆ ਗਾ ਪੇਚਕਸ ਪਾ ਕੇ, ਤੇ ਗੱਲੇ 'ਚੋਂ ਜਿੰਨਾ ਕੈਸ਼ ਸੀਗਾ ਜੀ ਤਕਰੀਬਨ ਬਾਲਾ ਵੀ ਨਹੀਂ, 4,000 ਰੁਪਇਆ ਕੈਸ਼ ਸੀਗਾ। ਠੀਕ ਹੈ ਜੀ, ਉਹ ਲੈ ਕੇ ਕੱਢ ਕੇ ਜਾਂਦੇ ਜਾਂਦੇ ਫੋਨ ਲੈ ਕੇ, ਜਦੋਂ ਉਧਰੋਂ ਜਾਣ ਲੱਗੇ ਉਹਨਾਂ ਨੂੰ ਸੀਸੀਟੀਵੀ ਕੈਮਰਾ ਦਿਖ ਗਿਆ, ਉਹ ਇਹਨੂੰ ਬੰਦ ਕਰਨ ਆਇਆ। ਇੱਧਰ ਦੋ ਫੋਨ ਹੋਰ ਪਏ ਸੀ, ਨਾਲੋਂ ਵੀ ਲੈ ਗਏ ਜੀ ਚੱਕ ਕੇ। ਉਹਨਾਂ ਦੀ ਫੁੱਲ ਵੀਡੀਓ ਮੇਰੇ ਕੋਲ ਹੈਗੀ ਆ, ਉਹ 'ਚ ਫੇਸ ਵੀ ਦੇਖਦੇ ਨੇ, ਸਭ ਕੁਝ ਦੇਖਦਾ ਜੀ ਉਹਨਾਂ ਦਾ। ਦੱਸਦੇ ਹੋ ਤੁਸੀਂ ਮਾੜਾ? ਨਹੀਂ, ਮੇਰਾ ਨਾਮ ਹੈ ਜੀ ਰਾਮਪੁਰਾ, ਮੇਰੀ ਵੀ ਮੋਬਾਈਲਾਂ ਦੀ ਦੁਕਾਨ ਹੈ ਸ਼ੀਸ਼ ਮਾਰਾ ਕਾਲਜ ਕੋਲੇ। ਜੇ ਆਪਣੇ ਜਿਵੇਂ ਅੱਜ ਵੀਰੇ ਦੀ ਦੁਕਾਨ ਤੇ ਚੋਰੀ ਹੋਈ ਆ, ਦੀਪੂ ਵੀਰੇ ਦੁਕਾਨ ਤੇ, ਸ਼ੀਸ਼ਾ ਲੋ ਕਰਕੇ ਰੋਟੀ ਖਾਣੀ ਗਿਆ ਸੀ ਸਿਰਫ, ਉਹਦੇ ਵਿੱਚ ਸਾਰਾ ਕੁਝ ਉਂਝ ਕੇ ਲੈ ਗਏ। ਇਸੇ ਤਰ੍ਹਾਂ ਸਟੈਲਰ ਦੇ ਸਾਹਮਣੇ ਮੋਬਾਈਲਾਂ ਦੀ ਦੁਕਾਨ ਹੈ, ਉਹਦੀ ਦੁਕਾਨ ਤੋਂ ਮੋਬਾਈਲ ਲੈ ਗਏ। ਇਹ ਜਿੱਥੋਂ ਇਹਨਾਂ ਦੀ ਦੁਕਾਨ ਤੋਂ ਚੋਰੀ ਹੋਈ ਹੈ, ਬਿਲਕੁਲ ਬੈਂਕ ਬਾਜ਼ਾਰ ਹੈ, ਮੇਨ ਬੈਂਕਿੰਗ ਦਾ ਸਾਰਾ ਪੈਸੇ ਦਾ ਲੈਣ ਦੇਣ ਇਹ ਰੋਡ ਤੋਂ ਹੁੰਦਾ ਰਾਮਪੁਰੇ ਸ਼ਹਿਰ ਦੇ ਵਿੱਚ। ਜੇ ਇੱਥੇ ਕਿਸੇ ਦੀ ਦੁਕਾਨ ਸੇਫ ਨਹੀਂ ਹੈਗੀ ਤਾਂ ਬਿਲਕੁਲ ਬੇਕਾਰ ਗੱਲ ਹੈ, ਇਹਦੇ ਪੁਲਿਸ ਦਾ ਕੋਈ ਸਾਥ ਨਹੀਂ ਦੇ ਰਹੀ। ਪੁਲਿਸ ਇੱਕ ਪੈਸੇ ਦਾ ਵੀ ਥਾਣੇ 'ਚ ਗਏ, ਉੱਥੇ ਕਹਿੰਦੇ SHO ਹੈ ਨਹੀਂ, ਮਤਲਬ ਕੋਈ ਥਾਣੇ 'ਚ ਕੰਮ ਹੀ ਨਹੀਂ ਹੋਊਗਾ ਕਿ ਬੰਦੇ ਦਾ ਕੋਈ ਪੁੱਛ ਗਿਆ, ਅੱਜ ਤੱਕ ਕਿਸੇ ਨੇ ਗੇੜਾ ਨਹੀਂ ਮਾਰਿਆ ਉਰੇ ਆ ਕੇ। ਠੀਕ ਹੈ, ਉਸ ਤੋਂ ਵਗੈਰਾ ਦੇ ਇਕੱਲੀ ਮੋਬਾਈਲ ਵਾਲੀ ਦੁਕਾਨ ਛੱਡ ਦਿਓ, ਇੱਕ ਦਿਨ 'ਚ ਸੇਮ ਬੰਦੇ ਸੇਮ ਹੀ ਟਾਈਮ ਤੇ ਚੋਰੀ ਕਰਦੇ, ਦੋ ਦੁਕਾਨਾਂ ਤੇ। ਸ਼ੀਸ਼ਾ ਲੋਕ ਕਰਕੇ ਨੋਰਮਲ ਜੀ ਗੱਲ ਕਿ ਹਰ ਇੱਕ ਦੁਕਾਨਦਾਰ ਚਲਾ ਜਾਂਦਾ, ਇਕੱਲੀ ਐ ਨਹੀਂ ਕਿ ਮੋਬਾਈਲ ਵਾਲੀ ਦੁਕਾਨ ਤੇ ਚੋਰੀ ਹੋਈ, ਕੱਲ ਨੂੰ ਸੁਨਿਆਰ ਦੇ ਵੀ ਹੋ ਸਕਦੀ ਹੈ, ਕਿਸੇ ਕੰਪਿਊਟਰ ਵਾਲੇ ਦੇ ਵੀ ਹੋ ਸਕਦੇ, ਕਿਸੇ ਵੀ ਦੁਕਾਨ ਤੇ ਚੋਰੀ ਹੋ ਦੇ। ਰਿਕੁਐਸਟ ਹੈ ਕਿ ਪੁਲਿਸ ਕੁਛ ਕਰੇ ਕਿ ਗੇੜਾ ਫੇੜਾ ਹੀ ਮਾਰੇ, ਕਮ ਸੇ ਕਮ ਜੇ ਹੋਰ ਨਹੀਂ ਤਾਂ ਕੁਛ ਕਰ ਸਕਦੀ ਪੈਟਰੋਲੀਅਮ ਕਰੇ, ਤੇ ਵੀਰੇ ਦਾ ਵੱਧ ਤੋਂ ਵੱਧ ਸਾਥ ਦਿਓ, ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਬੰਦੇ ਫੜੇ ਜਾਣ।